Bye.
ਜਿਨ੍ਹਾਂ ਗੁਰਬਾਣੀ ਮਨ ਭਾਈਆ ਇਹਦੇ ਅਰਥ ਦਮੀ ਕਈ ਹੁੰਦੇ ਆ। ਗੁਰ ਅਮਰਤ ਭਿੰਨੀ ਜ਼ਰੂਰੀ, ਗੁਰ ਅਮਰਤ ਗੁਰਕੇ ਰਾਮ ਰਾਜੇ, ਜਿਨ੍ਹਾਂ ਗੁਰਬਾਣੀ ਮਨ ਭਾਈਆ ਅੰਮ੍ਰਿਤ ਛਕੇ, ਗੁਰਬਾਣੀ ਉਹਨਾਂ ਨੂੰ ਅੰਮ੍ਰਿਤ ਸਿਖਾਉਂਦੀ ਹੈ। ਵਾਹਿਗੁਰੂ ਜਾ ਸਤਿਗੁਰੂ, ਵਾਹਿਗੁਰੂ ਜੀ ਸਤਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਪਿਆਰੇ ਆ ਮਹਾਰਾਜ ਜੀ ਦੇ ਸਾਡੇ ਨਾਲ ਬਿਠਾਉਂਦੇ ਮਹਾਰਾਜ ਰੋਜ਼ ਸਾਡੇ। ਇਹ ਨਾ ਕਹੋ ਕਿ ਅਸੀਂ ਕਰਦੇ ਹਾਂ ਕਿ ਗੁਰੂ ਸਾਹਿਬ ਦੀ ਦਇਆ ਹੁੰਦੀ ਤਾਂ ਸਤਿਗੁਰੂ ਪਾਤਸ਼ਾਹ ਜੀ ਨਾਲ ਤੁਹਾਡੇ ਸਾਹਮਣੇ ਪਿਆਰ ਬਣ ਕੇ ਆਉਂਦੇ, ਗੁਟਕੇ ਰੂਪ ਵਿੱਚ, ਪੋਥੀ ਰੂਪ ਵਿੱਚ, ਜਾਂ ਪਿਆਰਿਆਂ ਦੇ ਰੂਪ ਵਿੱਚ ਤੁਹਾਨੂੰ ਸੁਣਾਉਣ ਵਾਸਤੇ ਮਹਾਰਾਜ ਆਪ ਆਉਂਦੇ। ਕਿਰਪਾ ਕਰਦੇ ਹੋ ਪਾਤਸ਼ਾਹ, ਸਵਾਸਾਂ ਦੇ ਰਹਿੰਦਿਆਂ ਰਹਿੰਦਿਆਂ ਮੱਥਾ ਟਿਕਾ ਲੋ। ਕਿਰਪਾ ਕਰਦੇ ਹੋ ਪਾਤਸ਼ਾਹ, ਸਿੱਧੂ ਸਿੰਘੋ ਆਪ ਜੀ ਦੇ ਚਰਨਾਂ ਚ ਮੱਥਾ ਟੇਕ ਲਈਏ। ਧੰਨ ਧੰਨ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ। ਖੁਦ ਆਗੇ ਸੀਸ ਹਮਾਰਾ ਹੈ, ਆਗੇ ਸੀਸ ਹਮਾਰਾ ਹੈ। ਇਹ ਅਕਾਲੀ ਫੌਜਾਂ ਇਹ ਪੜ੍ਹਦੀਆਂ ਸਿਰ ਪਰ ਮੁਕਟ, ਮੁਕਟ ਪਰ ਚੱਕਰ ਆਇਆ ਰਾਜ ਲਾਇਆ ਹੈ। ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਖੁਦ ਆਗੇ ਸੀਸ ਹਮਾਰਾ ਹੈ। ਗਗਨ ਮੰਡਲ ਪਰ ਬੁੰਗਾ ਹਮਾਰਾ, ਮਹਾਕਾਲ ਹਮਾਰਾ ਹੈ। ਕੈਸੀ ਉਡਾਰੀ ਹੈ ਖਾਲਸੇ ਦੀ ਸੁਰਤ ਦੀ, ਕੈਸੀ ਉਡਾਰੀ ਇਹ ਜੰਗਾਂ ਚ ਲੜਨ ਵਾਲਿਆਂ ਦੀ, 125,000 ਦੇ ਐਵੇਂ ਨੀ ਪਿਆਰੇ ਹੋ। ਵੱਡੀ ਮਹਾਂ ਸ਼ਕਤੀ ਹੈ, ਮਹਾਂਕਾਲ ਰਖਵਾਰਾ ਹੈ, ਐਵੇਂ ਨੀ ਬਾਬਾ ਅਜੀਤ ਸਿੰਘ ਦੇ ਕਾਰਾ ਚੱਲ ਗਿਆ। ਸਜੇ ਜੋ ਦੁਮਾਲਾ ਛੁੱਟੇ ਖੂਬ ਪਰਰਾ, ਵਾਹਿਗੁਰੂ।
ਦਾ ਸਰੂਪ ਦੇਖੋ ਆਤਮ
ਵਰਤਮਾਨ
ਜਿਹੜੀਆਂ ਸ਼ਿਵਜੀ ਰੂਹਾਂ ਨੇ ਕਮਾਲ ਆ। ਹੁਣ ਵੀ ਜਿਹੜੇ ਬੰਦੀ ਸਿੰਘ ਨੇ ਸਾਡੀਆਂ ਕੀ ਕਹਿਣਾ ਹੈ, ਸ਼ਰਮ ਸੀ ਆਤੀ ਹੈ ਬਦਲ ਕੋ ਬਦਲ ਕਹਿਤੇ ਹੋਏ। ਪੈਂਤੀ ਪੈਂਤੀ ਚਾਲੀ ਚਾਲੀ ਸਾਲ ਤੋਂ ਉਹ ਕਿਤੇ ਕੋਈ ਜਨ ਜੋੜੂ ਜ਼ਮੀਨ ਦੀ ਲੜਾਈ ਨਾ, ਇਹ ਉਹੀ ਸਾਹਿਬਜ਼ਾਦਿਆਂ ਵਾਲਾ ਰਸਤਾ, ਇਹ ਉਹੀ ਬਾਬਰ ਨੂੰ ਜਾਬਰ ਕਹਿਣ ਵਾਲਾ ਰਸਤਾ। ਮਹਾਰਾਜ ਕਹਿੰਦੇ ਮੇਰਾ ਖਾਲਸਾ ਇੱਦਾਂ ਹੀ ਗੱਜਦਾ ਰੂਹ ਆ, ਇਹ ਚੱਲਦਾ ਰਹਿਣਾ ਹੈ। ਹਰ ਪ੍ਰਭ ਹਰ ਪ੍ਰਭ ਠਾਕੁਰ